ਗੱਲ ਕੀਤੀ, ਪੜ੍ਹੀਏ ਕਸੀਦਾ ਜੀ। ਰੁਕੋ ਅੱਜ ਮੈਦਾਨ ਖੁਮ ਪੇ ਕੇ ਅਬ ਮੈਂ ਹਕੀਕਤ ਸੇ ਪਰਦਾ ਉਠਾਨੇ ਲਗਾ ਹੂੰ। ਲਫ਼ਜ਼ਾਂ ਤੇ ਗੌਰ ਹੋਵੇ, ਚੁੱਕੇ ਮੇਰਾ ਤਾਲੁਕ ਸ਼ੇਖੂਪੁਰੇ ਨਾਲ ਹੈ, ਮੈਂ ਕੋਸ਼ਿਸ਼ ਕਰ ਸਾਦਬ ਦੀਆਂ ਚੁਣੀਆਂ ਹੋਈਆਂ ਸਤਰਾਂ ਤੁਹਾਡੀ ਝੋਲੀ ਤੱਕ ਪਹੁੰਚਾਵਾਂ। ਰੁਕੋ ਅੱਜ ਮੈਦਾਨ ਖੁਮ ਪੇ ਕੇ ਅਬ ਮੈਂ ਹਕੀਕਤ ਸੇ ਪਰਦਾ ਉਠਾਨੇ ਲਗਾ ਹੂੰ। ਰੁਕੋ ਅੱਜ ਮੈਦਾਨ ਖੁਮ ਪੇ ਕੇ ਅਬ ਮੈਂ ਹਕੀਕਤ ਸੇ ਪਰਦਾ ਉਠਾਨੇ ਲਗਾ ਹੂੰ। ਇਹ ਹੱਥ ਕਰੀਮੇ ਕਰਬਲਾ ਦੀ ਜ਼ਰੀ ਨਾਲ ਮਸ ਹੋਵਣ, ਜਿਹੜੇ ਜ਼ਿਕਰੇ ਹੁਸੈਨ ਚ ਬੁਲੰਦ ਹੁੰਦੇ ਨੇ। ਪਰਦਾ ਉਠਾਨੇ ਲਗਾ ਹੂੰ। ਰੁਕੋ ਅੱਜ ਮੈਦਾਨ ਖੁਮ ਪੇ ਕੇ ਅਬ ਮੈਂ ਫਰਦੇਸਾਨੀ ਸੁਣਾਵਾਂ, ਹਲਾਲੀਆਂ ਮਵਾਲੀਆਂ ਦੇ ਹਾਂ ਠਰ ਜਾਣ। ਅਕੀਦਾ ਬੁਲੰਦ ਕਰਿਆ ਤੇ ਸੱਤਰ ਵਸੂਲ ਕਰਿਆ ਭਾਈ, ਹਾਜੀਆਂ ਦੇ ਸਾਹਮਣੇ ਹਾਂ ਭਾਈ ਉਠਾਨੇ ਮਹਿਰਾਜ ਕੀ ਰਾਤ ਜਿਸ ਸੇ ਮੈਂ ਫਿਰ ਹਾਥ ਉਸ ਸੇ ਮਿਲਾਨੇ ਲਗਾ। ਕਿਆ ਬਾਤ ਹੈ ਭਾਈ, ਸਦਕੇ ਜਾਵਾਂ ਸਦਕੇ ਜਾਵਾਂ, ਹੱਥ ਬੁਲੰਦ ਕਰੋ ਹੈਦਰੀ। ਕਿਆ ਬਾਤ ਹੈ ਸਦਕੇ ਭਾਈ, ਸਦਕੇ ਭਾਈ, ਮਿਲਾਇਆ ਤਾਂ ਮਹਿਰਾਜ ਕੀ ਰਾਤ ਜਿਸੇ, ਉਹ ਬੋਲੇ ਜਾਂਦਾ ਬੋਲਣ ਅਲੀ ਦੇ ਬਾਬੇ ਨੂੰ ਚੰਗਾ ਲੱਗੇ। ਮਿੰਨਤ ਅਲੀ ਜ਼ਾਕਰੀ ਨਾ ਕੀਤੀ ਨਾ ਮੁਹੰਮਦ ਦੀ ਧੀ ਕਰਵਾਵੇ, ਉਤਨਾ ਮੁਲੇ ਸੇ ਜਿਤਨਾ ਮੁਹੰਮਦ ਦੀ ਧੀ ਨੂੰ ਮਨਜ਼ੂਰ ਹੋਇਆ। ਮੈਂ ਫਿਰ ਹੱਥ ਉਸੇ ਮਿਲਾਨੇ ਲਗਾ ਹੂੰ। ਮੰਜ਼ਰ ਡਿਵਾਏ ਭਾਈ, ਹਾਜੀਆਂ ਦੇ ਸਾਹਮਣੇ ਮਕਾਮੇ ਗਦੀਰ ਤੇ ਅੱਲਾ ਦਾ ਨਬੀ ਐਲਾਨ ਕਰਕੇ ਲੱਕ ਮੋੜ ਗਿਰਦੋ ਪੇਸ਼ਾ ਲਿਓ ਗੱਲ ਕੜੀਆ ਦਿਨ ਅਲੀ ਕੀ ਸਦਕੇ ਬਾਈ, ਸਦਕੇ ਬਾਈ, ਬਹੁਤ ਮਿਹਰਬਾਨੀ ਜਿਤਨਾ ਬੋਲਦੇ ਪਏ ਹੋ। ਅੱਲਾ ਦਾ ਨਬੀ ਐਲਾਨ ਕਰਕੇ ਜਵਾਨੀ ਮਾਣੇ ਗੱਲ ਕਿਹੜੀ ਯਾਦ ਹੈ ਅਲੀ ਕੀ ਹਜ਼ਾਰਾਂ ਪੇ ਬਾਦਸ਼ਾਹੀ ਲਹਦ ਮੇ ਚਲੇਗੀ ਇਸੀ ਕੀ ਗਵਾਹੀ ਇਸੇ ਮਾਨਨੇ ਸੇ ਹਲਾਲੀ ਬਨੋਗੇ ਨਾ ਮਾਨੋ ਤੋ ਸ਼ਜਰੇ ਕੀ ਹੋਗੀ ਤੋ ਸ਼ਜਰੇ ਕੀ ਹੋਗੀ ਤਬਾਹੀ ਬਨਾਇਆ ਥਾ ਜਿਸ ਹਾਥ ਨੇ ਆਪ ਆਦਮ ਵਹੀ ਹਾਥ ਤੁਮਕੋ ਦਿਖਾਨੇ ਲਗਾ ਹਾਏ 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 ਸਦਕੇ ਜਾਵਾਂ ਸਦਕੇ ਬਾਈ ਹੱਥ ਬੁਲੰਦ ਕਰੋ ਹੈਦਰੀ ਮੈਂ ਤੁਹਾਡਾ ਇੰਤਜ਼ਾਰ ਕਰਨਾ ਕੁਝ ਬੰਦਿਆਂ ਦੇ ਚਿਹਰਿਆਂ ਤੇ ਮੇਰੀ ਨਿਗਾਹ ਹੈ ਕਿਆ ਬਾਤ ਹੈ ਬਣਾਇਆ ਤਾਂ ਜਿਸ ਹੱਥ ਨੇ ਆਪ ਆਦਮ ਵਹੀ ਹੱਥ ਅੱਲਾ ਤੁਹਾਡੀਆਂ ਨਸਲਾਂ ਨੂੰ ਆਬਾਦ ਰੱਖੇ ਹੈਦਰੀ ਲਓ ਜੀ ਗੱਲ ਦਾ ਮੈਂ ਜ਼ਾਕਿਰ ਹਾਂ ਗੱਲ ਕਰਨਾ ਮੈਨੂੰ ਅੱਛਾ ਲੱਗਦਾ ਹੈ ਜਿਹੜੇ ਸੁਣਦੇ ਪਏ ਇਹ ਇੰਜ ਵੀਰ ਦੇ ਹੱਥ 'ਚ ਹੱਥ ਪਾਇਆ ਅਜੇ ਚਾਹਿਆ ਨਹੀਂ ਰਿਸਾਲਤੇ ਮਾਪ ਨੌਜਵਾਨ ਨਾ ਬੋਲੇ ਅਰਮਾਨ ਲੱਗ ਸੀ ਅਜੇ ਚਾਹਿਆ ਨਹੀਂ ਦੂਰ ਤੋਂ ਇੱਕ ਬੰਦਾ ਭਜਦਾ ਹੋਇਆ ਕਰੀਬ ਆਇਆ ਕਰੀਬ ਆ ਕੇ ਹੌਲੇ ਜੇ ਕੰਨ ਨਾਲ ਮੂੰਹ ਲਾ ਕੇ ਆਦੇ ਅੱਲਾ ਦਾ ਨਬੀ ਕਰਨ ਲੱਗਿਆ ਨਾ ਵੀਰ ਦੀ ਵਿਲਾਇਤ ਦਾ ਐਲਾਨ ਆਏ ਹਾਏ ਕਰਨ ਲੱਗਿਆ ਨਾ ਵੀਰ ਦੀ ਵਿਲਾਇਤ ਦਾ ਐਲਾਨ ਕਰਨ ਲੱਗਿਆ ਨਾ ਵੀਰ ਦੀ ਵਿਲਾਇਤ ਦਾ ਐਲਾਨ ਅੱਲਾ ਦਾ ਨਬੀ ਇਸ ਗੱਲ ਕਰਕੇ ਇਹ ਤੁਰਨ ਲੱਗਾ ਅੱਲਾ ਦਾ ਨਬੀ ਹੱਥ ਨਾ ਪਲੇ ਇੱਕ ਹੱਥ 'ਚ ਅਲੀ ਦਾ ਹੱਥ ਮੈਂ ਕੋਈ ਅੱਡ ਐਲਾਨ ਨਹੀਂ ਆਇਆ ਲੇਕਿਨ ਸੱਤਰ ਏਡੀ ਇਹ ਵੀ ਅਲਮ ਦੀ ਕਸਮ ਹੈ ਪੈਰਾਂ 'ਤੇ ਖਲੋ ਕੇ ਪਿੰਡਾਲ ਦਾਤ ਦੇਵੇ ਸੱਤਰ ਦੀ ਕੀਮਤ ਅਦਾ ਨਹੀਂ ਹੁੰਦੀ ਇੱਕ ਹੱਥ 'ਚ ਅਲੀ ਦਾ ਹੱਥ ਦੂਜੇ ਹੱਥ ਨਾਲ ਅੱਲਾ ਦਾ ਨਬੀ ਇਸ ਬੰਦੇ ਦਾ ਹੱਥ ਨਾ ਪਲਿਆ ਸਰਕਾਰ ਰਿਸਾਲ 'ਤੇ ਮਾਫ ਫਰਮਾਇਆ ਉਹ ਹਾਜੀ ਤੂੰ ਵੀ ਸੁਣ ਇਹ ਬਾਕੀ ਲੋਕ ਵੀ ਸੁਣਨ ਮੈਂ ਵੀਰ ਦੀ ਵਿਲਾਇਤ ਦਾ ਐਲਾਨ ਵੀ ਕਰਨ ਲੱਗਾ ਇੱਕ ਗੱਲ ਮੈਂ ਹੋਰ ਵਜ਼ਾਹਤ ਕਰਨ ਲੱਗਾ ਗੱਲ ਕਿਹੜੀ ਹੈ ਅੱਲਾ ਦਾ ਨਬੀ ਐਲਾਨ ਕਰਕੇ ਗੱਲ ਕਿਹੜੀ ਆਦਾ ਯਾਦ ਰੱਖਿਆ ਹੈ ਇਸਲਾਮ ਵੀ ਕੋਈ ਨਹੀਂ ਮਾਨ ਵੀ ਹੈ
पहचान भी है। बोलो जेड़े जुबान नाल बोलन सवाब समझेंदे हो भाई। सदके जावा सदके जावा। गदीर वाला नारा सुनाओ हैदरी। सदके भाई अल्लाह दा नबी पियाद है जनाब हजरत कंबर साहब दी कलम दी झलक नजर आवे जिन्हें कंबर साहब ने सुने सत्र सुनना फिर फैसला करना। अल्लाह दा नबी पियाद है ये इस्लाम भी कोई ईमान भी है हलाली हरामी की पहचान भी है कुरान कारी इसी की विलाता अली जमाने में कुरान भी है अली जमाने में कुरान भी है नहीं सिर्फ ऐलान खुम्पे अली का मैं अपनी रिसालत बचाने लगा सदके भाई। जिंदगी है मुझे जिंदगी जी अल्लाह जिंदगी दराज फरमा मुहम्मद मैं नौकरा जनाब दा सारे दा प्रोग्राम है अल्लाह दा नबी हाजियां दे सामने ऐलान करके गल केड़ी याद आए ये इस्लाम मैं बिल्कुल ईमान भी है हलाली हरामी की पहचान भी है कुरान कारी इसी की विलाका अली जमाने में कुरान भी है अली जमाने में कुरान भी है नहीं सिर्फ ऐलान खुम्पे अली का मैं अपनी रिसालत बचाने